ਅਸਲਾਮ ਵਾਲੇਕੁਮ ਜੀ, ਮੈਂ ਤੁਹਾਡਾ ਆਪਣਾ ਦੋਸਤ ਅਨੰਤ ਬਸਮ। ਤੁਸੀਂ ਵੇਖਦੇ ਪਏ ਹੋ ਸਾਡਾ ਯੂਟਿਊਬ ਚੈਨਲ ਟੈਕ ਰੱਖਿਓ। ਦੋਸਤੋ, ਅੱਜ ਅਸੀਂ ਚੱਲੇ ਹਾਂ ਲਾਹੌਰ ਇਸ ਗੱਲ ਦਾ ਪਤਾ ਕਰਨ ਕਿ ਜਿਹੜੇ ਕਹਿੰਦੇ ਹਨ ਕਿ ਲਾਹੌਰ ਜਿਹਨੇ ਲਾਹੌਰ ਨਹੀਂ ਤੱਕਿਆ ਉਹ ਜੰਮਿਆ ਨਹੀਂ। ਅਸੀਂ ਚੱਲੇ ਹਾਂ ਲਾਹੌਰ ਅਤੇ ਅੱਜ ਦਾ ਵਲੌਗ ਤੁਹਾਨੂੰ ਇਨਸ਼ਾਅੱਲਾ ਅੱਛਾ ਲੱਗੇਗਾ। ਇਸ ਸਾਹਮਣੇ ਵੱਡੀ ਗੱਡੀ ਜਿਹੜੀ ਖੜੀ ਹੈ, ਇਹਦੇ ਵਿੱਚ ਅਸੀਂ ਬਹਿ ਕੇ ਜਾਣਾ ਚੌਧਰੀ ਬੱਸ ਸਰਵਿਸ ਵਾਲੇ, ਅਤੇ ਅਸੀਂ ਹੁਣ ਰੋਡ ਕਰਾਸ ਕਰਦੇ ਹਾਂ। ਰੋਡ ਕਰਾਸ ਕਰਕੇ ਅਤੇ ਫਿਰ ਅਸੀਂ ਗੱਡੀ ਦੇ ਬਹਿੰਦੇ ਹਾਂ, ਵੇਖਾਂਗੇ ਸਾਨੂੰ ਸੀਟ ਮਿਲਦੀ ਹੈ ਕਿ ਨਹੀਂ ਮਿਲਦੀ। ਰੋਡ ਜੀ ਅਸੀਂ ਕਰ ਲਿਆ ਕ੍ਰਾਸ, ਅਤੇ ਉਸ ਤੋਂ ਬਾਅਦ ਐਂ ਵੇਖ ਮੇਰੇ ਜਿਹੜੇ ਯਾਰ ਦੋਸਤ ਹਨ ਬੈਠੇ ਇਹ ਜਾ ਰਹੇ ਟ੍ਰਿਪ 'ਤੇ, ਅਸੀਂ ਲਾਹੌਰ ਦੀ ਸੈਰ ਕਰਨ ਚੱਲੇ ਹਾਂ। ਅਤੇ ਇਹ ਮੇਰਾ ਇੱਕ ਯਾਰ ਬੈਠਾ, ਇਹਨਾਂ ਨਾਲ ਗੱਪਸ਼ਪ ਲਾਉਂਦੇ ਹਾਂ। ਓਏ ਕੀ ਹਾਲ ਹੈ? ਹਾਂਜੀ, ਅਸਲਾਮ ਵਾਲੇਕੁਮ। ਲਾਹੌਰ ਜਾ ਰਿਹਾ ਹੈ, ਘੁੰਮਣ ਜਾ ਰਿਹਾ ਹੈ। ਹੋਰ ਕਿੱਧਰ ਜਾਣਾ ਹੈ? ਆਪ ਜ਼ਬਰਦਸਤ ਘੁੰਮਣ ਜਾਏਗਾ। ਮੇਰਾ ਸੀਟ ਰੱਖਾ, ਸੀਟ ਰੱਖਾ ਮੇਰਾ ਮਲੇ ਦਿੱਤਾ। ਲੈ ਭਾਈ, ਗੱਲ ਇਹ ਕਿ ਹੁਣ ਜਾ ਕੇ ਬਹਾਨੇ ਆ ਵੇਨੇ ਆ ਸੀਟ ਆਪਣੀ ਰੱਖੀ ਤਾਈ ਪੁਰਾਣਿਆ, ਤੂੰ ਹੀ ਹੈ ਰਕਸ਼ਾ ਵਾਲੇ ਯਾਰ, ਵੇਖ ਲੱਗੋ ਖੜੀ ਕਰ ਦਿੱਤੀ ਆਪਣੀ ਗੱਡੀ। ਹੋਰ ਭਰਾਵਾ ਵੇਖ ਲਾ, ਮੈਂ ਉਤੋਂ ਬੁਲਾ ਕੇ ਆਇਆ ਹਾਂ ਯਾਰ, ਵੇਖ ਲਾ ਗੱਡੀ ਤਾਂ ਜਗ੍ਹਾ ਲੈਂਦਾ ਮੈਂ। ਕਿੰਨਾ ਯਾਰ ਸੱਜਣ ਸਾਡੇ ਬਹਿ ਚੁੱਕੇ ਨੂੰ ਆ ਗੱਡੀ ਦੇ ਵਿੱਚ ਵੜਿਆ। ਲਓ ਜੀ, ਕਾਫੀ ਸਾਰੇ ਸਾਡੇ ਯਾਰ ਜਿਹੜੇ ਬਹਿ ਗਏ। ਪੰਜਾਬੀ ਅੱਜ ਵਲੌਗ ਕਰ ਰਿਹਾ, ਤੁਸੀਂ ਪੰਜਾਬੀ ਪੰਜਾਬੀ ਬੋਲੋ। ਸਾਡੇ ਬ੍ਰਾਂਡ ਬ੍ਰਾਂਡ ਕਿੱਥੇ ਚੱਲੇ ਹੋ? ਮੈਂ ਲਾਹੌਰ ਚੱਲਿਆ। ਅੱਛਾ, ਦੱਸ ਜਿਹੜੇ ਕਹਿੰਦੇ ਨੇ ਜਿਹਨੇ ਲਾਹੌਰ ਨੇ ਤੱਕਿਆ ਉਹ ਜੰਮਿਆ ਨਹੀਂ, ਤੁਸੀਂ ਕੀ ਕਹਿ ਕੀ ਕਹੋਗੇ ਇਸ ਬਾਰੇ? ਸਹੀ ਗੱਲ ਹੈ ਜੀ, ਭਾਈ ਉਹ ਸ਼ਰਮਾ ਰਹੇ। ਇੱਥੇ ਸਾਡਾ ਯਾਰ ਬੈਠਾ, ਇਹ ਬੰਦਾ ਚੰਗਾ ਬੋਲੇਗਾ ਯਾਰ। ਇਮਰਾਨ ਪੁੱਛਦੇ ਆ ਅਸੀਂ, ਤੁਸੀਂ ਜਿਹੜੇ ਲਾਹੌਰ ਇੱਕ ਆਵਾਜ਼ ਬਣਾਈ ਹੋਈ ਹੈ ਕਿ ਜਿਹਨੇ ਲਾਹੌਰ ਨੇ ਦੇਖਿਆ ਜੰਮਿਆ ਨਹੀਂ, ਤੁਸੀਂ ਕੀ ਕਹਿਣਾ ਚਾਹੋਗੇ? ਯਾਰ ਸਹੀ ਸਿਲਸਿਲੇ 'ਚ ਮੈਂ ਲਾਹੌਰ ਜਾ ਰਿਹਾ, ਮੈਂ ਕਿਹਾ ਅੱਜ ਵੇਖੇ ਤੇ ਸਹੀ ਕੀ ਕਹਿੰਦੇ ਨੇ, ਬੜਾ ਕਹਿੰਦੇ ਨੇ ਜਿਹਨੇ ਲਾਹੌਰ ਨੇ ਤਾਂ ਕਹਿ ਜੰਮਿਆ ਨੀ ਕਿਸੇ ਨਾ, ਅੱਜ ਜੰਮ ਕੇ ਵੇਖ ਨੇ ਜੰਮਿਆ ਜਾਂਦਾ ਕਿ। ਲੇਕਿਨ ਇਹ ਗੱਲ ਦਾ ਵਾਕਈ ਸਹੀ ਕੀਤੀ ਜੇ, ਮੈਂ ਸਹੀ ਸਿਲਸਿਲੇ 'ਚ ਲਾਹੌਰ ਜਾ ਰਿਹਾ। ਉਹ ਹੀਰਾ ਮੰਡੀ ਨੀ ਜਿੱਥੇ ਹੀਰੇ ਲੱਭਦੇ ਨੇ ਉੱਥੇ ਜਾ ਰਿਹਾ, ਉੱਥੇ ਹੀਰਾ ਇੱਕ ਸੋਹਣਾ ਜਿਹਾ ਲੱਭ ਕੇ ਲਿਆਉਣਾ। ਵਾਹ ਜੀ, ਬਹੁਤ ਮਜ਼ਾ ਆਏਗਾ। ਲਾਹੌਰ ਆ ਰਹੇ ਹੈ ਉਧਰ ਆਣ ਕੇ, ਫਿਰ ਹਮ ਆਪਸੇ ਬਾਤ ਕਰੇਂਗੇ। ਤੇ ਫਿਰ ਹਮ ਗੋਰੇ ਸਾਹਿਬ ਇਹ ਦੱਸੋ, ਜਿਹਨੇ ਉਹ ਕਹਿੰਦੇ ਸੀ ਜਿਹੜੇ ਕਹਿੰਦੇ ਸੀ ਕਿ ਜਿਹਨੇ ਲਾਹੌਰ ਨੇ ਤੱਕ ਜੰਮਿਆ ਨੀ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਅਸੀਂ ਲਾਹੌਰ ਜਾ ਰਹੇ ਹਾਂ, ਉੱਥੇ ਜਾ ਕੇ ਫਿਰ ਬਹਿੰਦੇ ਹਾਂ, ਤੇ ਜਦੋਂ ਲਾਹੌਰ ਉੱਪਰਾਂਗੇ ਜੰਮਾਂਗੇ, ਠੀਕ ਹੈ, ਫਿਰ ਇਹਨਾਂ ਨੂੰ ਦੱਸਾਂਗੇ ਅਸੀਂ ਲਾਹੌਰ ਆ ਗਏ ਹਾਂ, ਅਸੀਂ ਹੁਣ ਨਾ ਜੰਮ ਗਏ ਹਾਂ, ਇੰਝ ਜੰਮ ਗਏ ਹਾਂ ਤੇ ਜਿਸ ਤਰ੍ਹਾਂ ਦਹੀਂ ਨਹੀਂ ਜੰਮਦਾ ਇੰਝ ਜੰਮ ਗਏ ਹਾਂ। ਜਿੰਦਾਬਾਦ ਜਿੰਦਾਬਾਦ ਗੌਰੀ ਸਾਹਿਬ। ਖੈਰ, ਅਸੀਂ ਗੱਡੀ 'ਚ ਬਹਿ ਗਏ ਹਾਂ ਅਤੇ ਗੱਡੀ ਆਉਣ ਲੱਗੀ ਰਵਾਨਾ, ਕੋਈ ਦੋਸਤਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ। ਅੱਜ ਦਾ ਵਲੌਗ ਬੜਾ ਜ਼ਬਰਦਸਤ ਹੋਣ ਵਾਲਾ ਹੈ ਅਤੇ ਉਮੀਦ ਹੈ ਤੁਹਾਨੂੰ ਪਸੰਦ ਆ ਸੀ। ਤੁਹਾਨੂੰ ਕਰਾਵਾਂਗੇ ਲਾਹੌਰ ਦੀ ਸੈਰ, ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਇੰਟਰਟੇਨਮੈਂਟ ਕਰਨ ਦੀ। ਅਸੀਂ ਨਿਕਲੇ ਹਾਂ ਸਿਆਲਕੋਟ ਦੇ ਵਿੱਚੋਂ ਅਤੇ
ਇਨਸ਼ਾਅੱਲਾ 2-3 ਘੰਟੇ ਵਿੱਚ ਅਸੀਂ ਪਹੁੰਚ ਜਾਾਂਗੇ ਕਿਉਂਕਿ ਅਸੀਂ ਜਾਣਾ ਮੋਟਰਵੇ ਤੇ ਰਸਤਾ ਵਾਲਾ ਵਿਖਾਵਾਂਗੇ ਸਾਰੇ ਯਾਰ ਦੋਸਤ ਸਾਡੇ ਜਿਹੜੇ ਨੇ ਇੰਜੋਏ ਕਰ ਰਹੇ ਹਾਂ ਅਲਹਮਦੁਲਿਲਾ ਜੀ ਅਸੀਂ ਰਵਾਨਾ ਹੋ ਚੁੱਕੇ ਹਾਂ ਸਿਆਲਕੋਟ ਦੇ ਵਿੱਚੋਂ ਤੇ ਹੁਣ ਤੋਂ ਥੋੜ੍ਹੀ ਦੇਰ ਬਾਅਦ ਅਸੀਂ ਪਹੁੰਚਾ ਗਏ ਮੋਟਰਵੇ ਤੇ ਨਾਸ਼ਤਾ ਜਿਹੜਾ ਕਿ ਮਿਲੇਗਾ ਸਾਰਿਆਂ ਨੂੰ ਸਾਡੇ ਸਾਰੇ ਯਾਰਾਂ ਨੂੰ ਮਿਲਣਗੇ ਸੁਪਰ ਦੇ ਬਿਸਕਟ ਦਿੱਤੇ ਜਾ ਰਹੇ ਨੇ ਨਾਲ ਇੱਕ ਪਾਣੀ ਦੀ ਬੋਤਲ ਹੋਏਗੀ ਮੇਰੇ ਖਿਆਲ ਇਹ ਸਾਡਾ ਟ੍ਰਿਪ ਜਾ ਰਿਹਾ ਲਾਹੌਰ ਇੰਜੋਇਮੈਂਟ ਹੋ ਰਹੀ ਹੈ ਫੁੱਲ ਸੁਪਰ ਲਾਹੌਰ ਜੀ ਤੁਸੀਂ ਭਾਈ ਜਾਨ ਤੁਸੀਂ ਸਾਡੇ ਨਾਲ ਹੀ ਬੈਠੇ ਹੋ ਇਨਸ਼ਾਅੱਲਾ ਕੀ ਖਿਆਲ ਹੈ ਲਾਹੌਰ ਚੱਲੇ ਹੋ ਇੰਜੋਏ ਕਰੋਗੇ ਹਾਂਜੀ ਇੰਜੋਏ ਕਰ ਰਹੇ ਜਾ ਰਹੇ ਆ ਗੱਡੀ ਤੁਰ ਪਈ ਹੈ ਮਾਸ਼ਾਅੱਲਾ ਜਾ ਰਹੇ ਆ ਅਸੀਂ ਜੀ ਪਹਿਲਾਂ ਵੀ ਕਦੀ ਗਏ ਹੋ ਲਾਹੌਰ ਪਹਿਲਾਂ ਵੀ ਕਦੀ ਲਾਹੌਰ ਗਏ ਹੋ ਨਹੀਂ ਇਹ ਫਸਟ ਟਾਈਮ ਹੀ ਜਾ ਰਹੇ ਇਹਨਾਂ ਦੇ ਨਾਲ ਤਕਰੀਬਨ ਅਸੀਂ ਸਿਆਲਕੋਟ ਨਿਕਲ ਚੁੱਕਾ ਸਿਆਲਕੋਟ ਜਾਂ ਦੂਰ ਦੇ ਵਿੱਚੋਂ ਅੱਗੇ ਜਾ ਕੇ ਮੋਟਰ ਵੀ ਫੜਾਂਗੇ ਤੇ ਲਾਹੌਰ ਦਾ ਸਫ਼ਰ ਇਨਸ਼ਾਅੱਲਾ ਬੜਾ ਜ਼ਬਰਦਸਤ ਹੋਏਗਾ ਸਾਨੂੰ ਪਸੰਦ ਆਇਆ ਸਾਡਾ ਯਾਰ ਤੇ ਆ ਵੀ ਜਿਹੜਾ ਬ੍ਰਾਂਡ ਸਾਰਿਆਂ ਨੂੰ ਨਾ ਬਹੁਤ ਪਾ ਕੇ ਦੇ ਰਿਹਾ ਚਲਦੀ ਗੱਡੀ ਵਿੱਚ ਹੈ ਕੰਮ ਕਰਨਾ ਕੋਈ ਬੜਾ ਆਸਾਨ ਕੰਮ ਨਹੀਂ ਹੁੰਦਾ ਲਓ ਜੀ ਵੇਖੋ ਕੋਕ ਤੇ ਨਾਲ ਸੁਪਰ ਨਾਲ ਇੰਜੋਇਮੈਂਟ ਹੈ ਰਿਫਰੈਸ਼ਮੈਂਟ ਹੈ ਉਸ ਤੋਂ ਬਾਅਦ ਫਿਰ ਵੇਖਾਂਗੇ ਕੀ ਕਰਵਾਉਂਦੇ ਨੇ ਟ੍ਰਿਪ ਵਾਲੇ ਸਾਨੂੰ ਵੇਖੋ ਬਾਬੇ ਸਿਆਲਕੋਟ ਜਿਹੜੇ ਕਿ ਅਸੀਂ ਕ੍ਰਾਸ ਕਰ ਰਹੇ ਹਾਂ ਯਹਾਂ ਪੇ ਪੰਗਾ ਬਣਾਇਆ ਕਿ ਪੁਲਿਸ ਵਾਲਿਆਂ ਨੇ ਰੋਕ ਲਿਆ ਥਾ ਤੋ ਅਭੀ ਇਹ ਦੋਸਤ ਜੋ ਹੈ ਵੋ ਨੀਚੇ ਗਏ ਥੇ ਟਿਕਟੋਕ ਬਣਾਨੇ ਨੀਚੇ ਜਾ ਕੇ ਦੇਖਤੇ ਹੈ ਕਿ ਕਿਆ ਇਸ਼ੂ ਆ ਰਹਾ ਹੈ ਜਿਸਕੇ ਆਪ ਦੇਖ ਸਕਤੇ ਲਓ ਜੀ ਸਾਡੇ ਸਾਰੇ ਯਾਰ ਆ ਰਹੇ ਨੇ ਤੇ ਉਹ ਪਿੱਛੇ ਟ੍ਰੈਫਿਕ ਵਾਲੇ ਨੇ ਰੋਕਿਆ ਸੀ ਮੋਟਰਵੇ ਪੁਲਿਸ ਵਾਲਿਆਂ ਨੇ ਤੇ ਇਹ ਮੁੰਡੇ ਹੁਣ ਸਾਰੇ ਚੱਲੇ ਨੇ ਗੱਡੀ ਦੇ ਵਿੱਚ ਬਹਿੰਦੇ ਨੇ ਗੱਡੀ ਫਿਰ ਰਵਾਨਾ ਹੁੰਦੀ ਹੈ ਚਲੋ ਫਿਰ ਬਹਿੰਦੇ ਹਾਂ ਗੱਡੀ ਦੇ ਵਿੱਚ ਉਸ ਤੋਂ ਬਾਅਦ ਕਮਾਲ ਦਾ ਮੌਸਮ ਵੇਖੋ ਜੀ ਖੂਬਸੂਰਤ ਨਜ਼ਾਰੇ ਲਾਹੌਰ ਦੇ ਯਾਰ ਵਾਕਿਆ ਦਿਲ ਖੁਸ਼ ਹੋ ਗਿਆ ਬੰਦਾ ਲਾਹੌਰ ਐਂਟਰ ਹੋਇਆ ਨਾ ਫਰੈਸ਼ ਹੋ ਗਿਆ ਤੇ ਉਹਨਾਂ ਦੀ ਕੁਝ ਗੱਲ ਜਿਹੜੀ ਨਾ ਸੱਚ ਸਾਬਿਤ ਹੋ ਰਹੀ ਹੈ ਕਿ ਜਿਹੜੇ ਉਹ ਕਹਿੰਦੇ ਸੀ ਜਿਹਨੇ ਲਾਹੌਰ ਨੇ ਤੱਕਿਆ ਜੰਮਿਆ ਨਹੀਂ ਜੰਮਣ ਤੋਂ ਮੁਰਾਦ ਹੈ ਕਿ ਬੰਦਾ ਫਰੈਸ਼ ਹੋ ਜਾਂਦਾ ਹੁਣ ਬੜਾ ਬੰਦਾ ਫਰੈਸ਼ ਹੋ ਗਿਆ ਕਿ ਲਾਹੌਰ ਦੀ ਹਦੂਦ ਬੰਦਾ ਦਾਖਲ ਹੋਇਆ ਨਾ ਫਰੈਸ਼ ਹੋ ਗਿਆ ਬੰਦਾ
ਲੋ ਜੀ ਨਜ਼ਾਰੇ ਵੇਖੋ ਜਨਾਬ ਦਰਿਆ ਰਾਵੀ ਦੇ। ਵਾਹ ਕੀ ਬਾਤ ਹੈ, ਖੂਬਸੂਰਤ ਨਜ਼ਾਰੇ ਦਰਿਆ ਰਾਵੀ ਦੇ। ਲੇਕਿਨ ਪਾਣੀ ਜਿਹੜਾ ਨਾ ਦਰਮਿਆਨ ਸਪੀਡ ਚ ਆ ਰਿਹਾ, ਸਾਈਡਾਂ ਤੇ ਕੰਮ ਕੰਮ ਹੈ। ਤੇ ਕੀ ਬਾਤ ਹੈ ਲਾਹੌਰ ਦੀ ਜੀ, ਉਹ ਵੇਖ ਯਾਰ ਮਾਰ ਰਿਹਾ ਬੰਦਾ, ਉਹ ਜ਼ੂਮ ਕਰਕੇ ਅਗਰ ਤੁਹਾਨੂੰ ਵਿਖਾਵਾਂ ਤਾਂ ਇਹ ਵੇਖੋ, ਇਹ ਗਹਿਰੇ ਪਾਣੀ ਦੇ ਵਿੱਚ ਉਹ ਆ ਰਹੀ ਹੈ, ਜ਼ੂਮ ਕਰਕੇ ਵਿਖਾਵਾਂ। ਇਹ ਇਹ ਵੇਖੋ ਯਾਰ, ਉਹ ਕਿਸ ਤਰ੍ਹਾਂ ਗਹਿਰੇ ਪਾਣੀ 'ਚ ਆ ਰਹੀ ਹੈ, ਉਹ ਵੇਖ। ਆਏ ਨਜ਼ਾਰੇ, ਇਹ ਝੁਕੀਆਂ ਨੇ ਇਹ ਦਰਿਆ ਦੇ ਕਿਨਾਰੇ ਜਿਹੜੇ ਲੋਕ ਹੁੰਦੇ ਨਾ, ਇਹ ਵੇਖੋ ਝੁਕੀਆਂ ਵਾਲੇ ਲੋਕ, ਇਹਨਾਂ ਦੇ ਕੋਈ ਘਰ ਵਾਰ ਨਹੀਂ ਹੁੰਦੇ, ਲੇਕਿਨ ਇਹਨਾਂ ਇੱਥੇ ਆ ਕੇ ਆਪਣੀ ਜਿਹੜੀਆਂ ਝੁਕੀਆਂ ਲਾ ਲੋ ਕੇ ਆਪਣਾ ਗੁਜ਼ਾਰਾ ਕਰਦੇ। ਜ਼ਬਰਦਸਤ ਜੀ ਉਹ ਨਜ਼ਾਰੇ ਲਾਹੌਰ ਦੇ, ਦਰਿਆ ਰਾਵੀ ਕੇ ਦੂਧ, ਕੀ ਬਾਤ ਹੈ। ਉਹ ਵੇਖ ਪੁਲਿਸ ਵਾਲੇ ਚੜ ਚੁੱਕਾ ਰਹੇ ਨੇ ਬਿੱਲੀਆਂ ਨੂੰ, ਮੋਟਰਸਾਈਕਲਾਂ ਨੂੰ ਕੋਈ ਲਾਇਸੈਂਸ ਵਗੈਰਾ। ਸ਼ਹਿਰ ਲਾਹੌਰ ਦੀ ਤੁਸੀਂ ਸੈਰ ਕਰ ਰਹੇ ਹੋ ਜਨਾਬ, ਹਾਏ ਕੀ ਬਾਤ ਹੈ ਯਾਰ, ਹਾਲੇ ਤਾਂ ਤੁਹਾਨੂੰ ਮਾਲ ਰੋਡ ਦੀ ਸੈਰ ਕਰਵਾਉਣੀ ਹੈ, ਕੁਛ ਵੀ ਨਹੀਂ। ਮਾਂ ਰੋਡ ਵੀ ਆਉਣ ਲੱਗੇ ਆ ਸਰ, ਰੋਡ ਦੇ ਅੱਗੇ ਸ਼ਾਦਰਾ ਇੰਟਰਚੇਂਜ, ਪਾਠੀ ਗੇਟ, ਪਾਠੀ ਚੌਕ। ਵਾਹ ਜਨਾਬ, ਸ਼ਾਦਰਾ ਇੰਟਰਚੇਂਜ ਵਾਲੇ ਜਾਣਾ, ਤੁਸੀਂ ਉਹ ਦੂਸਰਾ ਰਸਤਾ ਇਖਤਿਆਰ ਕਰਨਾ ਸੀ। ਵਾਹ ਜਨਾਬ, ਬੜਾ ਯਾਰ ਅੱਛਾ ਕੰਮ ਹੋਇਆ ਲਾਹੌਰ ਦੇ ਵਿੱਚ, ਦੇਖੋ ਨਾ ਬੜੀਆਂ ਫਲਾਈਓਵਰ ਵਗੈਰਾ ਬਣੇ ਨੇ, ਪਠਾਨੀ ਬਾਗ ਵਾਲੀ ਸਾਈਡ ਵਾਲੀ ਨਾ ਭੈ ਰਸਤਾ ਜਾ ਰਿਹਾ, ਜੇਕਰ ਤੁਸੀਂ ਜਾਣਾ ਤਾਂ ਇਹ ਹੈ। ਤੇ ਹੁਣ ਤੁਸੀਂ ਜਨਾਬ ਤਿਆਰ ਹੋ ਜਾਓ, ਤੁਸੀਂ ਦੇਖੋਗੇ ਬਾਦਸ਼ਾਹੀ ਮਸਜਿਦ, ਮੀਨਾਰੇ ਪਾਕਿਸਤਾਨ, ਮੀਨਾਰੇ ਪਾਕਿਸਤਾਨ, ਮੀਨਾਰੇ ਪਾਕਿਸਤਾਨ ਤੁਸੀਂ ਵੇਖ ਰਹੇ ਹੋ, ਮੀਨਾਰੇ ਪਾਕਿਸਤਾਨ। ਔਰ ਇਧਰ ਸਾਥ ਹੀ ਹਮਾਰੇ ਬਾਦਸ਼ਾਹੀ ਮਸਜਿਦ ਹੈ, ਬਾਦਸ਼ਾਹੀ ਮਸਜਿਦ। ਇਹ ਵੇਖੋ ਜੀ ਬਾਦਸ਼ਾਹੀ ਮਸਜਿਦ ਦੇ ਤੁਸੀਂ ਨਜ਼ਾਰੇ ਵੇਖੋ ਜਨਾਬ, ਹੈ ਇੱਕ ਮੀਨਾਰ ਨਜ਼ਰ ਆ ਰਿਹਾ ਹੈ। ਲੈਡੀ ਮੈਂ ਪਤਾ ਨੀ ਕੀ ਲਿਖਿਆ ਸੀ, ਮਸਜਿਦ ਵੇਖ ਨਜ਼ਾਰੇ ਬਾਦਸ਼ਾਹ ਮਸਜਿਦ ਹੁਣ ਜੇ ਆ ਗਈ ਤਾਂ ਇੱਥੇ ਆਏਗੀ, ਉਹ ਵੇਖ ਬਾਦਸ਼ਾਹ।
ਦੇਖੋ ਜੀ ਲੋਰੀਆਂ ਵਾਸਤੇ ਫਲਾਈ ਓਵਰ ਚੈੱਕ ਕਰੋ ਜ਼ਰਾ। ਹਾਂ ਇਹ ਜ਼ਬਰਦਸਤ ਕੀ ਗੱਲ ਹੈ ਯਾਰ, ਡਬਲ ਡਬਲ ਹੈ, ਮਤਲਬ ਸਟੈਂਡਰਡ ਫਲਾਈ ਓਵਰ ਬਣਾਇਆ ਜੀ। ਜੀਓ ਜੀਓ ਲਾਹੌਰ ਵਾਲਿਆਂ ਜੀਓ, ਬੜਾ ਰਸ਼ ਹੋ ਗਿਆ ਤਾਂ ਕਿੰਨਾ ਪਿਆਰਾ ਸ਼ਹਿਰ ਹੈ, ਕਿੰਨਾ ਸੋਹਣਾ ਸ਼ਹਿਰ ਹੈ ਵੇਖ। ਡੋਲਫਨ ਪੁਲਿਸ ਚੈਰਿੰਗ ਕ੍ਰਾਸ ਰੋਡ ਜਨਾਬ, ਜਨਾਬ ਵਿਵੋ ਪਲਾਜ਼ਾ ਵੇਖੋ, ਕਿਆ ਵਾਹ ਕਿਆ ਵਾਹ ਹੈ ਜਨਾਬ, ਪਰਦੇਸੀ ਹੋਣੇ ਬੇਚਾਰੇ, ਹੋਰ ਕੌਣ, ਲੋਰੀ ਨਹੀਂ ਹੋ ਸਕਦੇ। ਖੈਰ ਅਸੀਂ ਹੁਣ ਆ ਗਏ ਲਾਹੌਰ, ਹੁਣ ਗੱਡੀ ਨੂੰ ਲਾਹੁੰਦੇ ਹਾਂ ਥੱਲੇ ਤੇ ਤੁਹਾਨੂੰ ਮਜ਼ੀਦ ਬਾਲ ਦਿਖਾਉਂਦੇ ਹਾਂ ਲਾਹੌਰ ਦਾ ਪੈਦਲ ਵਾਕ ਕਰਕੇ। ਅਸੀਂ ਗੱਡੀ ਤੋਂ ਉਤਰਦੇ ਪਏ ਹਾਂ ਉੱਤੇ, ਕਿਤੇ ਫਿਰ ਜਨਾਬ ਤੁਹਾਨੂੰ ਦਿਖਾਵਾਂਗੇ ਸਾਰਾ ਵਾਲ। ਅਲਹਮਦੁਲਿਲਾ ਜੀ ਅਸੀਂ ਆ ਗਏ ਹਾਂ ਲਾਹੌਰ ਤੇ ਮਾਸ਼ਾਅੱਲਾ ਲਾਹੌਰ ਦਾ ਮੌਸਮ ਬੜਾ ਜ਼ਬਰਦਸਤ ਬਣਿਆ, ਬਦਲ ਛਿੱਦਲ ਆਏ ਹਨ, ਬਾਰਿਸ਼ ਵੀ ਬੜੀ ਹੋਈ ਹੈ ਤੇ ਅਸੀਂ ਫਿਰ ਅੱਗੇ ਚੱਲਦੇ ਹਾਂ ਜਨਾਬ, ਜ਼ਰਾ ਤੁਹਾਨੂੰ ਸੈਰ ਕਰਾਉਂਦੇ ਹਾਂ ਮਾਲ ਰੋਡ ਦੀ ਤੇ ਉਸ ਤੋਂ ਇਲਾਵਾ ਜਿਹੜਾ ਹੈ ਮਜ਼ੀਦ ਲਾਹੌਰ ਦੀ ਸੈਰ ਕਰਾਵਾਂਗੇ ਤੇ ਨਾਲੇ ਵਿਖਾਵਾਂਗੇ ਕਿ ਕੋਈ ਗੱਪਸ਼ਪ ਵੀ ਲਵਾਵਾਂਗੇ ਲਾਹੌਰੀਆਂ ਨਾਲ, ਕੋਸ਼ਿਸ਼ ਕਰਾਂਗੇ ਗੱਪਸ਼ਪ ਲਾਉਣ ਦੀ। ਹਾਂ ਸੁਣਾ ਫਿਰ ਕਿਵੇਂ ਲੱਗਾ ਤੈਨੂੰ ਲਾਹੌਰ? ਇੱਧਰ ਅੱਛੇ ਕੰਮ ਕਰੀਏ ਲਾਹੌਰ ਦੇ ਵਿੱਚ, ਇਸਲਾਮਾਬਾਦ ਜੈਸਾ ਹੈ, ਨਜ਼ਾਰਾ ਕੈਸਾ ਭੈਣ, ਮਤਲਬ ਬੜਾ ਜ਼ਬਰਦਸਤ ਹੈ। ਉਹ ਦੇਖੋ ਮਾਰ ਰੋਡ ਸਾਹਮਣੇ ਹੈ, ਇੱਧਰ ਖੜੇ ਹੋ ਨਾ, ਇੱਧਰ ਸਹੀ ਰਿਜ਼ਲਟ ਆਏਗਾ, ਨਮਾਜ਼ ਪੜ੍ਹਦੇ ਹਾਂ ਉੱਧਰ ਜਾ ਕੇ, ਫਿਰ ਜਾ ਕੇ ਬਾਕੀ ਬਲੌਗ ਬਣਾਉਂਦੇ ਹਾਂ, ਫਿਰ ਨਮਾਜ਼ ਪੜ੍ਹਦੇ ਹਾਂ ਤੇ ਨਮਾਜ਼ ਬਾਅਦ ਫਿਰ ਮਿਲਦੇ ਹਾਂ। ਲਾਹੌਰ ਲਾਹੌਰ ਯਾਰ, ਵਾਕਿਆ ਯਾਰ ਦਿਲ ਖੁਸ਼ ਹੋ ਗਿਆ ਲਾਹੌਰ ਵੇਖ ਕੇ। ਬਾਬਾ ਜੀ ਕੀ ਕਹਿਣਾ ਚਾਹੋ ਤੁਸੀਂ ਲਾਹੌਰ ਦੇ ਬਾਰੇ? ਮੌਸਮ ਅੱਛਾ ਹੈ ਲਾਹੌਰ ਦੇ ਬਾਰੇ ਕੀ ਕਹਿਣਾ ਚਾਹੋ? ਮਾਸ਼ਾਅੱਲਾ ਜੀ ਬਹੁਤ ਪਿਆਰਾ ਹੈ, ਮੌਸਮ ਤੇ ਬਹੁਤ ਅੱਛਾ ਹੈ ਜੀ, ਅਲਹਮਦੁਲਿਲਾ। ਸੁਮਾ ਕਿਵੇਂ ਦਾ ਲੱਗਾ ਲਾਹੌਰ ਤੁਹਾਨੂੰ? ਲਾਹੌਰ ਲਾਹੌਰ ਸਾਡਾ ਜ਼ਿੰਦਾ ਦਿਲਾਂ ਨੇ, ਲਾਹੌਰ ਹੈ ਲਾਹੌਰ ਸਾਡਾ, ਪੰਜਾਬ ਦਾ ਦਿਲ ਹੈ ਜੀ, ਪੰਜਾਬ ਦੇ ਕੋਈ ਵੀ ਸਾਨੂੰ ਖੁਸ਼ੀ ਮਿਲੀ ਹੈ ਤੇ ਲਾਹੌਰ ਤੋਂ ਬਹੁਤ ਜ਼ਿਆਦਾ ਖੁਸ਼ੀ ਮਿਲੀ ਹੈ, ਹਮੇਸ਼ਾ ਲਾਹੌਰ ਨੂੰ ਵੈਲ ਐਂਡ ਬੈਸਟ ਹੀ ਪਾਇਆ ਜੀ। ਅੱਛਾ ਤੇ ਇਹ ਦੱਸੋ ਜਿਹੜੇ ਇਹ ਕੰਨਨ ਕੇ ਜਿਹਨੇ ਲਾਹੌਰ ਨੇ ਤੱਕਿਆ ਜਮਿਆ ਨਹੀਂ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਬਾਕੀ ਗੱਲ ਲਾਹੌਰ ਦੇ ਵਿੱਚ ਐਸੀਆਂ ਐਸੀਆਂ ਮਸ਼ਹੂਰ ਹਸਤੀਆਂ ਨੇ, ਸੈਯਦ ਹਜ਼ਰਤ ਦਾਤਾਗੰਜ ਮਖਦੂਮ ਅਲੀ ਹਜਵੇਰੀ, ਦਾਤਾਗੰਜ ਬਖਸ਼ ਰਹਿਮਤੁਲਿਲਾ, ਇਹ ਹੀ ਉਹਨਾਂ ਦੇ ਲਾਹੌਰ ਦੀ ਇੱਕ ਐਸੀ ਮਿਸਾਲ ਨੇ ਕਿ ਇਹਨਾਂ ਦੇ ਜਵਾਬ ਨਹੀਂ, 1000 ਸਾਲ ਹੋ ਗਏ, ਹਰ ਲਮਹਾ ਉਹਨਾਂ ਦੀ ਵੀ ਜਿਹੜਾ ਵਾਰਫਾਨ ਅਲੱਗਾ ਜ਼ਿਕਰ ਵਾਲੀ ਗੱਲ, ਇੱਧਰ ਵੀ ਸੂਟ ਉਹਨਾਂ ਦੀ ਗੱਲ ਜਿੰਨੇ ਅੱਛਾ ਇੱਥੇ ਅਸਾਂ ਯਾਰ ਵਿਜ਼ਿਟ ਕੀਤਾ ਲਾਹੌਰ ਦੇ ਵਿੱਚ ਨਾ, ਪਲਾਜ਼ੇ ਬੜੇ ਜ਼ਬਰਦਸਤ ਹਨ, ਅਸਾਂ ਸੋਚਿਆ ਕੋਈ ਸਸਤੀਆਂ ਚੀਜ਼ਾਂ ਮਿਲ ਗਈਆਂ, ਅਸਾਂ ਜਨਾਬ 2-3 ਬੈਗ ਦਾ ਪਤਾ ਕੀਤਾ ਸਕੂਲ ਦੇ ਬੈਗਾਂ ਦਾ, ਉਹ ਨਾ ਰੇਟ ਉਹਨਾਂ ਜਨਾਬ ਕਿਤੇ 2500 ਕਿਤੇ ਜਨਾਬ
2000 ਬੜਾ ਮਹਿੰਗਾ ਰੇਟ ਸੀ। ਹੁਣ ਸ਼ਲਟਾਂ ਸ਼ੁਲਟਾਂ ਲੱਗੀਆਂ ਨੈਲ ਦੀਆਂ ਤੇ ਇਹਨਾਂ ਦਾ ਵੀ ਰੇਟ ਕਾਫੀ ਹਾਈ ਹੋਇਆ ਹੋਏਗਾ ਕਿਉਂਕਿ ਸਾਰੇ ਬਾਅਦ ਇਹਨਾਂ ਪਲਾਜ਼ੇ ਦਾ ਕਿਰਾਇਆ ਦੇਣਾ ਹੁੰਦਾ ਸਾਰਾ ਸਿਸਟਮ ਕਰਦਾ ਹੁੰਦਾ। ਮਲਕ ਮਟਕਾ ਮਿਰਚੀ ਸੋਡਾ, ਵਾਹ ਮਿਰਚੀ ਸੋਡਾ ਕੀ ਹੁੰਦਾ ਮੇਰਾ ਉਹਦੇ ਜਾਂਦੇ ਆ ਯਾਰ ਖਾਦ ਸੁਣਾ ਕਿਵੇਂ ਲੱਗਦਾ ਪਿਆ ਕਿਸ ਤਰ੍ਹਾਂ ਲੱਗ ਰਿਹਾ ਯਾਰ ਇਹ ਬੜੇ ਮਹਿੰਗੀ ਚੀਜ਼ ਹੈ ਯਾਰ ਬੜੇ ਮਹਿੰਗਾ ਬਹੁਤ ਮਹਿੰਗਾ ਯਾਰ ਇਧਰ ਹਾਂ ਨਹੀਂ ਆ ਸਕਦਾ ਇਧਰ ਆਪ ਜੈਸਾ ਔਰ ਹਮਾਰਾ ਜੈਸਾ ਗਰੀਬ ਲੋਕ ਨਹੀਂ ਆ ਸਕਦਾ ਇਧਰ ਇਹ ਅਮੀਰ ਲੋਕੋ ਕਾ ਕਾਮ ਹੈ ਯਾਰ ਇਹ ਭਾਈ ਔਰ ਵੇਖੋ ਇਹ ਕੀ ਚੀਜ਼ ਹੈ ਇਹ ਖਜੂਰ ਹੈ ਖਜੂਰ ਹੈ ਹਾਂ ਇਹ ਅਲੱਗ ਅਲੱਗ ਕਰ ਹੈ ਇਹ ਅਲੱਗ ਅਲੱਗ ਕਰ ਹੈ ਇਹ ਵੀ ਬਹੁਤ ਮਹਿੰਗਾ ਹੈ 1600 ਰੁਪਏ ਕਿਲੋ 1600 ਉਹ ਬੜੀਆਂ ਮਹਿੰਗੀਆਂ ਨਹੀਂ ਯਾਰ ਇੱਥੇ ਤਾਂ ਬੜੀਆਂ ਵੇਚ ਰਹੇ ਨੇ ਨਾਪ ਖਜੂਰਾਂ ਬੜੀਆਂ ਵਿਕਦੀਆਂ ਪਈਆਂ ਨੇ ਯਾਰ ਵੇਚਦੇ ਵੀ ਬੜੀਆਂ ਮਹਿੰਗੀਆਂ ਪਈਆਂ ਦੇਸੀ ਜੁਗਾਲ ਇੱਥੇ ਨਾ ਬਾਹਰ ਬੰਦੇ ਭਾਈ ਉਹ ਟਾਈਮ ਪੀਸ ਵੇਚ ਰਹੇ ਨੇ ਤੁਸੀਂ ਟਾਈਮ ਹੈਲੋ ਕੀ ਹਾਲ ਹੈ ਤੁਹਾਡਾ ਅਲਹਮਦੁਲਿਲਾ ਸ਼ੁਕਰ ਹੈ ਆਪਕੇ ਦੁਆਰਾ ਕੀ ਵੇਚਦੇ ਹੋ ਇਹ ਕਲਾਕ ਵੇਚ ਰਹੇ ਜਨਾਬ ਅੱਛਾ ਕਲਾਕ ਪਠਾਨ ਹੋ ਜੀ ਮੇਰੇ ਭਾਈ ਪਠਾਨ ਇਸਕੋ ਇਸਮੇ ਇਸਕੇ ਸਾਥ ਉਰਦੂ ਮੇ ਬੋਲਨਾ ਪੜੇਗਾ ਇਹ ਕਿੰਨੇ ਕਾ ਵੇਚ ਰਹੇ ਹੋ ਇਹ 2018 ਤੱਕ ਦੇ ਦੇਤੀ ਮੇਰੀ ਬੰਦ ਹੈ ਵੈਸੇ ਇਸਕੇ ਮਾਸ਼ਾਅੱਲਾ ਰੇਟ 3500 ਰੁਪਏ ਸੁਬਹ ਸੇ ਕਿੰਨੇ ਵੇਚ ਰਹੇ ਹੈ ਸਿਰਫ ਇੱਕ ਦੋ ਪੀਸ ਵੇਚੇ ਬਚੇ ਮਾਸ਼ਾਅੱਲਾ ਖੈਰ ਕਰੇਗਾ ਅੱਲਾ ਬਰਕਤ ਡਾਲੇਗਾ ਹਾਂ ਦੇਖੋ ਕੋਸ਼ਿਸ਼ ਕਰੇ ਅੱਛਾ ਜਨਾਬ ਅਸੀਂ ਮਜ਼ੀਦ 1500 ਰੁਪਏ ਦੀ ਲੱਭ ਜਾਂਦੀ ਹੈ ਆ ਵੇਖੋ ਜਨਾਬ ਖੂਬਸੂਰਤ ਮਨਾਜ਼ਰ ਲਾਰ ਦੇ ਠੰਡੀ ਆਵਾਜ਼ ਆ ਰਹੀ ਹੈ ਜਨਾਬ ਆਈਸਕ੍ਰੀਮ ਅੱਛਾ ਇਹ ਹੁਣ ਖਾਣ ਗਿਆ ਲਵਣ ਆਈਸਕ੍ਰੀਮ ਮੇਰਾ ਖਿਆਲ ਇੱਕ ਦੇ ਸੀ ਕਿ ਦੋ ਦੇ ਸੀ ਹੁਣ ਪਤਾ ਲੱਗ ਜਾਂਦਾ ਪੈਸੇ ਉਹਨੇ ਜੇਬ 'ਚ ਕੱਢ ਲੈਣ ਅਤੇ ਹੁਣ ਲੈਣ ਲੱਗਾ ਹੁਣ ਵੇਖਦੇ ਹਾਂ ਕਿੰਨੇ ਲੈਂਦਾ ਇੱਕ ਕੌਣ ਗੱਡੀ ਖਿਲਾ ਮੇਰਾ ਖਿਆਲ ਹੈ ਇਹਨਾਂ ਦਾ ਪਤਾ ਕੋਈ ਨਹੀਂ ਕਿੰਨਾ ਨੇ ਹੋ ਸਕਦਾ ਹੈ ਜਨਾਬ 100 ਰੁਪਏ ਦੀ ਹੋਵੇ ਅੱਛਾ 100 ਰੁਪਏ ਗੱਡੀ ਖਿਲਾ ਵਾਕਿਆ ਜੀ ਅਗਲੇ 50 ਰੁਪਏ ਦੀ ਇੱਕ ਹੋਣੀ ਹੈ ਇਹ ਕੌਣ ਇਹਨੂੰ ਕਹਿੰਦੇ ਨੇ ਕੌਣ ਆਪ ਚੋਕਲੇਟ ਵਗੈਰਾ ਪਾ ਕੇ ਦੇ ਰਿਹਾ ਅਤੇ ਉਸ ਤੋਂ ਬਾਅਦ ਹੁਣ ਵੇਖਦੇ ਹਾਂ ਕਿ ਕਿੰਨਾ ਨਹੀਂ ਮਿਲਦੀ ਹੈ ਇੱਕ ਹੀ ਫੁੱਲ ਕਰਵਾ ਲਿਆ ਕਿ 2 ਫੁੱਲ ਕਰਵਾਉਂਦਾ ਮੇਰਾ ਜਿੱਤ ਖਿਆਲ ਹੈ ਤਾਂ ਇੱਕ ਹੀ ਕਰਵਾਉਂਦਾ ਪਿਆ ਵਾਪਸ ਲਾ ਲਿਆ ਕਿੰਨੇ ਕਾ ਮਿਲਿਆ ਕਿੰਨੇ ਕਾ ਮਿਲਿਆ 70 ਕਾ ਇਧਰ ਸਭ ਕੁਝ ਮਹਿੰਗਾ ਉੱਥੇ ਸਾਡੇ ਕੋਲ ਤਾਂ ਮਿਲ ਤਕਰੀਬਨ ਵੱਧ 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 ਹੋਇਆ ਹੋਇਆ 40 ਰੁਪਏ ਦਾ 30 ਰੁਪਏ ਦਾ 40 ਰੁਪਏ ਦਾ 50 ਰੁਪਏ ਦਾ 5 ਵਾਰ ਲੱਭ ਜਾਵੇ ਇੱਥੇ ਲਾਹੌਰ ਹੈ ਨਾ ਲਾਹੌਰ ਮੁਰਸ਼ਿਦ ਇੰਝ ਹੀ ਹੁੰਦਾ ਹੈ ਇੱਕ ਹੋਰ ਤੁਹਾਨੂੰ ਕੰਮ ਦਿਖਾਵਾਂ ਵੇਖੋ ਲਾਹੌਰ ਡਰਾਈ ਫਰੂਟ ਦਾ ਉੱਤੇ ਵੇਖੋ ਕਿਉਂਕਿ 14 ਅਗਸਤ ਤੇ ਹਰੀਆਂ ਉਹਨਾਂ ਬੱਤੀਆਂ ਬੁੱਤੀਆਂ ਲਾਈਆਂ ਹਨ ਅੱਛਾ ਜੀ ਅਸੀਂ ਇੱਥੋਂ ਲੰਘੇ ਹਾਂ ਤੇ ਅਸਾਂ ਵੇਖਿਆ ਕਿ ਯਾਰ ਇੱਥੇ ਨਾ ਕੋਈ ਧਰਨਾ ਦਿੱਤਾ ਜਾ ਰਿਹਾ ਕੋਈ ਜਲਸਾ ਹੈ ਮੇਰਾ ਖਿਆਲ ਹੈ ਅਸਾਂ ਕਿ ਚਲੋ ਚੈੱਕ ਕਰ ਲੈਂਦੇ ਹਾਂ ਕਿਹਦਾ ਜਲਸਾ ਹੈ ਅਮਰੁੱਲਾ ਖਾਨ ਕੀ ਗੱਲ ਹੈ ਇਹ ਜਲਸਾ ਕਿੱਦਾਂ ਹੋ ਰਿਹਾ ਇੱਥੇ ਇਹ ਜਲਸਾ ਹੋ ਰਿਹਾ ਹੈ ਆਵਾਮ ਕੇ ਲਈ ਆਵਾਮ ਕੋ ਵਾਸਤੇ ਹੋ ਰਿਹਾ ਹੈ ਇਹ ਕਿਹਦਾ ਕਿਹੜੀ ਜਮਾਤ ਕਿਹੜੀ ਹੈ ਯਾਰ ਜਲਸਾ ਸਰਾਜੁਲ ਹੱਕ ਜਮਾਤ ਹੈ ਜਮਾਤ ਇਸਲਾਮੀ ਅੱਛਾ ਜਮਾਤ ਇਸਲਾਮੀ ਦਾ ਜਲਸਾ ਹੋ ਰਿਹਾ ਇੱਥੇ ਤੇ ਅਸੀਂ ਵੇਖਦੇ ਹਾਂ ਵੀ ਇਹ ਕਿਸ ਵਾਸਤੇ ਕੀਤਾ ਜਾ ਰਿਹਾ ਮੇਰਾ ਖਿਆਲ ਹੈ ਕਿ ਲੋਕਾਂ ਤੋਂ ਕੋਈ ਪੁੱਛਦੇ ਵੀ ਆਏ ਤੇ ਮੁੜ ਤੋਂ ਲਾਹੌਰ ਦੀ ਸੈਰ ਕਰਾਵਾਂਗੇ
ਅੱਛਾ, ਅਸਾਂ ਬਾਈ ਹੋਰਾਂ ਤੋਂ ਇਨਫੋਰਮੇਸ਼ਨ ਲਈ ਹੈ ਤਾਂ ਉਹਨਾਂ ਆਖਿਆ ਬਾਈ ਹੋਰਾਂ ਦੇ ਜਿਹੜਾ ਬਿਜਲੀ ਦੇ ਬਿੱਲਾਂ 'ਤੇ ਟੈਕਸ ਲੱਗਾ ਨਾ ਉਹਦੇ ਖਿਲਾਫ ਜਿਹੜਾ ਨਾ ਇਹ ਜਲਸਾ ਹੋ ਰਿਹਾ, ਅਤੇ ਇਹਦੀ ਕਿਆਦਤ ਜਿਹੜੇ ਨਾ ਹਾਫਿ ਨਈਮ ਔਰ ਰਮਾਨ ਜਿਹੜੇ ਨੇ ਉਹ ਕਾਰਨ, ਅਤੇ ਉਸ ਤੋਂ ਬਾਅਦ ਸਟੇਜ ਵਗੈਰਾ ਬਣ ਗਿਆ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ, ਅਤੇ ਇਹ ਤੁਸੀਂ ਪਿੱਛੇ ਵੇਖੋ ਨਾ, ਇੱਕ ਸਾਈਡ ਵੱਲ ਮਰਦ ਬੈਠੇ ਅਤੇ ਦੂਜੀ ਸਾਈਡ ਵੱਲ ਖਵਾਤੀਨ ਬੈਠੇ ਆ। ਇਹ ਉਹਨਾਂ ਗਰੀਬਾਂ ਦੇ ਲੋਕਾਂ ਦੀ ਅਕਾਸੀ ਕਾਰਨ ਕਿ ਜਿਨ੍ਹਾਂ ਨੂੰ ਬਿਜਲੀ ਦੇ ਬਿੱਲ ਜ਼ਿਆਦਾ ਆਉਂਦੇ ਸਨ, ਇਹ ਉਹਨਾਂ ਵਾਸਤੇ ਜਿਹੜਾ ਨਾ ਸਾਰਾ ਕੁਝ ਤਮਾਮ ਕੀਤਾ ਗਿਆ ਅਤੇ ਜਲਸਾ ਇੱਥੇ ਇਨਕਾਦ ਕੀਤਾ ਗਿਆ। ਅਤੇ ਤੁਹਾਨੂੰ ਮੈਂ ਵਿਖਾਉਂਦਾ ਕਿ ਯਾਰ ਇੱਥੇ ਨਾ ਮੀਡੀਆ ਵਾਲੇ ਵੀ ਬੜੇ ਆਏ ਹੁਣ, ਹਾਲਾਂਕਿ ਸਾਡਾ ਤਾਂ ਬੜਾ ਐਕਸਪੀਰੀਅੰਸ ਰਿਹਾ ਮੀਡੀਆ ਵਾਲਿਆਂ ਕੰਮ ਕਰਦੇ ਰਹੇ, ਲੇਕਿਨ ਬੜਾ ਮੁਸ਼ਕਿਲ ਹੁੰਦਾ ਕਿ ਯਾਰ ਇੱਥੇ ਆ ਕੇ ਜਿਹੜਾ ਨਾ ਜਲਸੇ ਜਲਸੇ ਕਵਰ ਕਰਨਾ ਬੜਾ ਰਸ਼ ਹੁੰਦਾ। ਲਓ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਕਿ ਕੈਮਰਾਮੈਨ ਜਿਹੜਾ ਨੇੜੇ ਜਾ ਕੇ ਮੈਂ ਤੁਹਾਨੂੰ ਵਿਖਾਉਂਦਾ ਕਿ ਜਿਹੜੇ ਬਾਈ ਹੈ ਇਹਨਾਂ ਨੂੰ ਸਟੇਜ ਬਣਾ ਕੇ ਦਿੱਤਾ ਗਿਆ ਕੈਮਰਾਮੈਨਾਂ ਨੂੰ ਇਹ ਜਲਸੇ ਨੂੰ ਕਵਰ ਕਰਨ ਵਾਸਤੇ ਨੂੰ। ਅਤੇ ਕੈਮਰਾਮੈਨ ਦੀ ਡਿਊਟੀ ਹੁੰਦੀ ਹੈ ਹਰ ਵਕਤ ਅਲਰਟ ਰਹਿਣਾ, ਕੋਈ ਐਸਾ ਸੀਨ ਜਿਹੜਾ ਕਿ ਮਿਸ ਨਾ ਹੋ ਜਾਵੇ ਕਿ ਜਿਹੜਾ ਕਿ ਜ਼ਿਆਦਾ ਇੰਤਜ਼ਾਰ ਜ਼ਰੂਰੀ ਹੁੰਦਾ। ਇਹ ਨਾਲ ਰਿਪੋਰਟਰ ਖੜ੍ਹੇ ਨੇ ਇੱਥੋਂ ਦੇ ਲਾਹੌਰ ਦੇ, ਅਤੇ ਇਹ ਕੈਮਰਾਮੈਨ ਖੜ੍ਹੇ ਨਾਲ। ਅੱਛਾ, ਇਹ ਜਿਹੜੀ ਸਕਰੀਨ ਲਾਈ ਗਈ ਨਾ, ਇਹ ਵੇਖੋ ਨਾ ਯਾਰ ਇਹਦੇ ਵਿੱਚ ਨਾ ਡਰੋਨ ਨਾਲ ਫੁਟੇਜ ਵਿਖਾਈ ਜਾ ਰਹੀ ਹੈ ਕਿ ਜਿਹੜਾ ਜਲਸਾ ਗਾਦੀ ਦੂਧ ਹੈ ਉਹਨੂੰ ਡਰੋਨ ਦੀ ਸ਼ਕਲ ਵਿਖਾਇਆ ਜਾ ਰਿਹਾ, ਡਰੋਨ ਦਾ ਵਿਊ ਵਿਖਾਇਆ ਜਾ ਰਿਹਾ। ਤੁਸੀਂ ਵੇਖ ਸਕਦੇ ਹੋ ਡਰੋਨ ਦੇ ਡਰੋਨ ਉਡਾਇਆ ਉਹਨੇ, ਉਹਦਾ ਇਹ ਵਿਊ ਆ ਰਿਹਾ ਡਰੋਨ ਦਾ। ਬੜੀ ਗੱਲ ਯਾਰ, ਬੜੀ ਮਿਹਨਤ ਹੁੰਦੀ ਹੈ ਇੱਕ ਜਲਸਾ ਨੂੰ ਕਵਰ ਕਰਨਾ। ਇਹ ਹੁਣ ਤੁਹਾਨੂੰ ਅਸੀਂ ਵਿਊ ਵਿਖਾਉਂਦੇ ਹਾਂ ਸਟੇਜ ਦਾ, ਸਟੇਜ ਦੇ ਅਸੀਂ ਨੇੜੇ ਆ ਗਏ ਹਾਂ, ਅਤੇ ਇਹ ਮੇਰੇ ਖਿਆਲ ਇੰਟਰਵਿਊ ਲੈ ਰਹੇ ਹਨ ਮੀਡੀਆ ਵਾਲੇ। ਅੱਛਾ, ਜਿਵੇਂ ਤੁਸੀਂ ਸੁਣਿਆ ਅੱਜ ਦਾ ਵਲੋਗ, ਉਮੀਦ ਹੈ ਤੁਹਾਨੂੰ ਵਲੋਗ ਚੰਗਾ ਲੱਗੋ ਸੀ, ਅਤੇ ਆਪਣੇ ਮੇਜ਼ਬਾਨ ਨੂੰ ਮੈਂ ਤੁਹਾਨੂੰ ਸਮਝ ਦੀ ਇਜਾਜ਼ਤ ਲੱਗ ਕੇ ਬਾਅਦ ਅਤੇ ਚੈਨਲ ਸਬਸਕ੍ਰਾਈਬ ਲਾਈਕ ਕਰ ਦਿਆ, ਕਿਉਂਕਿ ਹੁਣ ਬੜੇ ਮਜ਼ੇਦਾਰ ਵਲੋਗ ਆਉਣੇ ਪੰਜਾਬੀ 'ਚ ਉਸ, ਅਤੇ